ਸਤਿ ਸ਼੍ਰੀ ਅਕਾਲ ਜੀ, ਅਸੀਂ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਤੋਂ ਲਾਈਵ ਹੋਏ ਹਾਂ ਜੀ, ਨਵੇਂ ਆਰਟੀਕਲ, ਨਵੇਂ ਡਿਜ਼ਾਈਨ ਅਤੇ ਨਵੀਂ ਵਰਾਇਟੀ ਲੈ ਕੇ ਜੀ। ਜਿਸ ਤਰ੍ਹਾਂ ਕਿ ਇਹ ਡੰਮੀ 'ਤੇ ਲੱਗੇ ਨਾ ਪਰਪਲ ਕਲਰ ਦਾ ਪਿਓਰ ਜੋਰਜਟ ਦਾ ਲਹਿੰਗਾ ਚੋਲੀ, ਸਟਿਚਿੰਗ ਆਰਟ ਵਾਲੀ ਚੋਲੀਆਂ, ਡਿਜ਼ਾਈਨਰ ਲਹਿੰਗੇ, ਦੁਪੱਟੇ ਕੋਂਬੀਨੇਸ਼ਨ ਡਿਫਰੈਂਟ ਹੋਣਗੇ, ਸਟਾਈਲ ਸਾਰੇ ਅਲੱਗ ਅਲੱਗ ਹੋਣਗੇ। ਪਹਿਲੇ ਡੰਮੀ 'ਤੇ ਦੇਖ ਲਓ ਕਿੱਦਾਂ ਲੱਗਿਆ ਨਾ, ਇੱਦਾਂ ਦੇ ਸਟਾਈਲ ਆਉਣਗੇ ਡਿਫਰੈਂਟ ਡਿਫਰੈਂਟ। ਡਾਰਕ ਪਰਪਲ ਕਲਰ ਦਾ ਲਹਿੰਗਾ ਚੋਲੀ ਹੈ ਅਤੇ ਸਭ ਸਿੰਗਲ ਸਿੰਗਲ ਆਰਟੀਕਲ ਹੋਣਗੇ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਅਤੇ ਇਹਦਾ ਨਾ ਜਿਹੜਾ ਵੀ ਆਰਟੀਕਲ ਤੁਹਾਨੂੰ ਪਸੰਦ ਆਉਂਦਾ ਵੀਡੀਓ 'ਚ ਸਕਰੀਨਸ਼ੋਟ ਲੈ ਲਓ। ਅਤੇ ਸਾਡੇ ਆਹ ਵਟਸਐਪ ਨੰਬਰ ਨੇ ਜੀ, ਜਿਹੜੇ ਫੇਸਬੁੱਕ 'ਤੇ ਪਾਏ ਨਾ, ਆਹ ਸਾਡੇ ਵਟਸਐਪ ਨੰਬਰ ਨੇ ਜੀ ਸਾਰੇ। ਜਿਹੜਾ ਵੀ ਇਹਦੇ 'ਚ ਤੁਹਾਨੂੰ ਅੱਛਾ ਲੱਗਦਾ ਆਰਟੀਕਲ, ਸਕਰੀਨਸ਼ੋਟ ਲੈ ਕੇ ਆਹ ਨੰਬਰਾਂ 'ਤੇ ਸ਼ੇਅਰ ਕਰਕੇ, ਮੈਸੇਜ ਕਰਕੇ ਜਾਂ ਫੋਨ ਕਰਕੇ ਆਪਣਾ ਆਰਟੀਕਲ ਤੁਸੀਂ ਬੁੱਕ ਕਰਵਾ ਸਕਦੇ ਹੋ। ਠੀਕ ਹੈ ਜੀ, ਲਓ ਜੀ ਸ਼ੁਰੂ ਕਰ ਰਹੇ ਹਾਂ ਜੀ ਆਈਟਮ ਨੰਬਰ 1 ਤੋਂ। ਜਿਹੜੀ ਆਈਟਮ ਨੰਬਰ 1 ਹੈ ਨਾ, ਇਹ ਹੈਗਾ ਜੀ ਬਲਾਊਜ਼ ਨਾਲ ਪਲਾਜ਼ੋ। ਆ ਲਓ, ਇੰਗਲਿਸ਼ ਕਲਰ ਦੇ ਵਿੱਚ ਬਣਿਆ ਹੋਇਆ ਜੀ, ਪਿਓਰ ਜੋਰਜਟ ਦਾ ਕਨਸੈਪਟ ਹੈ। ਆ ਦੇ ਪਹਿਲੇ ਇਹਦਾ ਬਲਾਊਜ਼ ਤੁਹਾਨੂੰ ਸ਼ੋਅ ਕਰਦੇ ਹਾਂ। ਆ ਲਓ, ਬਿਊਟੀਫੁੱਲ ਗਰਲਿਸ਼ ਲੁੱਕ ਦਾ ਪਿਓਰ ਜੋਰਜਟ ਦਾ ਨਾ, ਥਰੈਡ ਐਂਡ ਚਿਕਨਕਾਰੀ ਦਾ ਹਲਕਾ ਹਲਕਾ ਜ਼ਰਕੋਨ ਸੈਟਿੰਗ ਦੇ ਵਿੱਚ ਬਣਿਆ ਹੈ। ਸਲੀਵਸ ਨਾਲ ਲੱਗਣਗੇ ਅਤੇ ਪਿਓਰ ਜੋਰਜਟ ਦੇ ਉੱਪਰ ਸਾਰਾ ਥਰੈਡ ਵੀ ਹੈ ਔਰ ਸਟੋਨ ਵੀ ਹੈ ਜੀ। ਇਹ ਮਿਕਸ ਵਰਕ ਹੈਗਾ। ਨਾਲ ਜਿਹੜਾ ਪਲਾਜ਼ੋ ਆਏਗਾ ਨਾ, ਉਹ ਕਲੀਆਂ ਵਾਲਾ ਡਿਵਾਈਡਰ ਦੇ ਵਿੱਚ ਹੈ, ਡਬਲ ਸ਼ੇਡਿੰਗ ਦੇ ਵਿੱਚ, ਲਾਈਟ ਕਲਰ ਗ੍ਰੀਨ ਅਤੇ ਡਾਰਕ ਗ੍ਰੀਨ ਦੇ ਵਿੱਚ। ਇਸ ਤਰ੍ਹਾਂ ਚਿਕਨਕਾਰੀ ਦੇ ਨਾਲ ਪਲਾਜ਼ੋ ਆਏਗਾ ਜੀ। ਬੜਾ ਹੀ ਪਿਆਰਾ ਆਰਟੀਕਲ ਹੈ, ਲਾਈਟ ਵੇਟ ਡਰੈਸ ਹੈਗੀ ਹੈ ਜੀ, ਟੂ ਟੋਨ ਦੇ ਵਿੱਚ, ਬਲਾਊਜ਼ ਦੇ ਨਾਲ ਪਲਾਜ਼ੋ। ਆਏਗੀ ਇਹਦੀ ਬੈਕ, ਸਲੀਵਸ ਇਹਦੀ ਨਾਲ ਹੈਗੀਆਂ ਨੇ, ਸਲੀਵ ਜਿੰਨੇ ਕਹੋਗੇ ਲੱਗ ਜਾਣਗੇ। ਆਹ ਦੇਖੋ ਬੈਕ ਇਸ ਤਰ੍ਹਾਂ ਹੈਗੀ ਹੈ ਜੀ, ਸੇਮ ਥਰੈਡ ਵਰਕ ਦੇ ਵਿੱਚ ਹੈ। ਇਹ ਬਲਾਊਜ਼ ਪਲਾਜ਼ੋ ਵਿਦ ਦੁਪੱਟਾ ਆਏਗਾ ਜੀ, ਥਰੀ ਪੀਸ ਦੇ ਵਿੱਚ ਹੈ ਜੀ। ਇਹ ਗਰਲਿਸ਼ ਲੁੱਕ ਦੀ ਆਈਟਮ ਹੈ ਜੀ, ਡਿਜ਼ਾਈਨਰ ਲੁੱਕ ਦੀ ਆਈਟਮ ਹੈ। ਕਲਰ ਕੋਂਬੀਨੇਸ਼ਨ ਵੀ ਨਾ ਬਹੁਤ ਪਿਆਰਾ ਇੰਗਲਿਸ਼ ਕਲਰ ਹੈਗਾ। ਆਹ ਦੇਖੋ ਲਾਈਟ ਗ੍ਰੀਨ ਦੇ ਅੰਦਰ ਨਾ ਡਾਰਕ ਗ੍ਰੀਨ ਦਾ ਕੋਂਬੀਨੇਸ਼ਨ ਹੈਗਾ। ਆਹ ਲੁੱਕ ਆਉਣੀ ਹੈ ਜੀ, ਨਾਲ ਆਏਗਾ ਦੁਪੱਟਾ, ਬਿਊਟੀਫੁੱਲ ਦੁਪੱਟਾ ਬਣਿਆ ਜੀ, ਨੈੱਟ ਦਾ ਦੁਪੱਟਾ ਆਏਗਾ। ਚਾਰੇ ਪਾਸੇ ਬਾਰਡਰ ਵੀ ਹੈ ਅਤੇ ਇਹਦੇ ਵਿੱਚ ਇਸ ਤਰ੍ਹਾਂ ਬਾਰਡਰ ਆਏਗਾ ਦੁਪੱਟੇ 'ਤੇ। ਆਏਗੀ ਬੂਟੀ ਹਲਕੀ ਹਲਕੀ ਨਾ, ਸੀਕੁਐਂਸ ਦੀ ਬੂਟੀ ਹੈਗੀ ਸਾਰੀ ਆਲ ਓਵਰ। ਇਹ ਹੈਗੀ ਹੈ ਜੀ ਅੱਜ ਦੀ ਆਈਟਮ ਨੰਬਰ 1, ਥਰੀ ਪੀਸ ਦੇ ਵਿੱਚ। ਕਲਰ ਆਏਗਾ ਡਸਟੀ ਗ੍ਰੀਨ ਅਤੇ ਫੈਬਰਿਕ ਹੈਗਾ ਪਿਓਰ ਜੋਰਜਟ। ਅੱਜ ਦੀ ਹੈਗੀ ਆਈਟਮ ਨੰਬਰ 1, ਰੇਟ ਹੈਗਾ 14,240, 14,240 ਆਈਟਮ ਨੰਬਰ 1 ਹੈ ਜੀ ਅੱਜ ਦੀ। ਲਓ ਜੀ ਨੈਕਸਟ ਆਰਟੀਕਲ ਹੈਗਾ ਸਟੇਟ ਸ਼ਰਟ ਦੇ ਨਾਲ ਪਲਾਜ਼ੋ। ਇਹ ਵੀ ਬਿਊਟੀਫੁੱਲ ਡਾਰਕ ਪਰਪਲ ਕਲਰ ਦਾ ਪੀਸ ਹੈਗਾ ਜੀ, ਸ਼ੋਰਟ ਸ਼ਰਟ ਹੈਗੀ, ਇਹਦਾ ਵੀ ਨੈਕ ਬਣਿਆ ਇਹਦੇ ਫਰੰਟ ਤੋਂ। ਪਹਿਲੇ ਕਲੋਜ਼ ਕਰਕੇ ਦੇਖੋ ਵੀ ਇਹਦਾ ਵੀ ਨੈਕ, ਫਿਰ ਤੁਹਾਨੂੰ ਐਮਬਰੋਡਰੀ ਸ਼ੋਅ ਕਰਦੇ ਇਹਦੀ। ਥਰੈਡ ਵੀ ਹੈ, ਹੈਂਡਵਰਕ ਵੀ ਹੈ, ਸੀਕੁਐਂਸ ਵੀ ਹੈ, ਸਾਰਾ ਮਿਕਸ ਕੰਮ ਹੈ। ਪਿਓਰ ਜੋਰਜਟ ਦੀ ਸ਼ਰਟ ਹੈ ਜੀ, ਔਰ ਪੂਰਾ ਜਾਲ ਆਏਗਾ ਸ਼ਰਟ 'ਤੇ ਨਾ, ਇਸ ਤਰ੍ਹਾਂ ਪੂਰਾ ਜਾਲ ਬਣਿਆ। ਆਏਗਾ ਇਹਦਾ ਘੇਰਾ, ਕਲਰ ਆਏਗਾ ਡਾਰਕ ਪਰਪਲ ਵਾਈਨ। ਨੀਚੇ ਇਸ ਤਰ੍ਹਾਂ ਹੀ ਟਸਲਸ ਆਣਗੇ ਸ਼ਰਟ 'ਤੇ। ਨਾਲ ਜਿਹੜਾ ਇਹਦਾ ਹੈਗਾ ਜੋਰਜਟ ਦਾ ਹੀ ਪਲਾਜ਼ੋ ਹੈ ਜੀ, ਕਲੀਆਂ ਵਾਲਾ। ਬਿਊਟੀਫੁੱਲ ਆਰਟੀਕਲ ਹੈ, ਲਾਈਟ ਵੇਟ ਸ਼ਰਾਰਾ ਸੂਟ ਹੈ, ਕਿਸੇ ਵੀ ਫੰਕਸ਼ਨ 'ਤੇ ਵੇਅਰ ਹੋ ਸਕਦਾ, ਕਲਰ ਔਸਮ ਹੈ ਜੀ। ਆਹ ਲਓ ਆਏਗੀ ਇਹਦੀ ਬੈਕ, ਸੇਮ ਹੀ ਬੈਕ ਬਣੀ ਹੈ ਜੀ। ਆਹ ਦੇਖੋ ਬੈਕ ਇਸ ਤਰ੍ਹਾਂ ਵੀ ਨੈਕ ਹੈ, ਵੀਕ ਤੋਂ ਵੀ ਬੈਕ ਜ਼ਿੱਪਰ ਆਏਗੀ ਔਰ ਬੈਕ 'ਤੇ ਵੀ ਸੇਮ ਜਾਲ ਬਣਿਆ ਜੀ ਸ਼ਰਟ 'ਤੇ। ਬੜੀ ਅੱਛੀ ਮਤਲਬ ਪਾਰਟੀ ਵੇਅਰ ਸ਼ਰਾਰਾ ਸੂਟ ਹੈਗਾ ਵਾ, ਲਾਈਟ ਵੇਟ ਵੀ ਹੈ, ਕਲਰ ਡਾਰਕ ਹੈ, ਜਿਸ ਤਰ੍ਹਾਂ ਪਾਰਟੀ ਫੰਕਸ਼ਨ 'ਤੇ ਪਹਿਨਿਆ ਵੀ ਸੋਹਣਾ ਲੱਗੇਗਾ ਔਰ ਦੁਪੱਟਾ ਬਹੁਤ ਸੋਹਣਾ ਬਣਿਆ ਨਾਲ ਦੇ। ਪਿਓਰ ਜੋਰਜਟ ਦਾ ਹੀ ਦੁਪੱਟਾ ਹੈ, 4 ਸਾਈਡ ਬਾਰਡਰ ਵੀ ਹੈ ਜੀ ਔਰ ਆਲ ਓਵਰ ਬੂਟੀ ਵੀ ਹੈ। ਆਹ ਲਓ ਨੇੜੇ ਕਰਕੇ ਤੁਹਾਨੂੰ ਦਿਖਾਉਂਦੇ ਦੁਪੱਟੇ ਦਾ ਕੰਮ ਔਰ ਆਲ ਓਵਰ ਬੂਟੀ। ਲਓ ਜੀ ਇਹ ਵੀ ਪਿਓਰ ਜੋਰਜਟ ਫੈਬਰਿਕ ਹੈ, ਸ਼ੋਰਟ ਸ਼ਰਟ ਦੇ ਨਾਲ ਪਲਾਜ਼ੋ, ਕਲੀਆਂ ਵਾਲਾ ਪਲਾਜ਼ੋ ਸ਼ਰ ਆਏਗਾ ਜੀ ਨਾਲ ਦੇ। ਇਹ ਹੈਗੀ ਹੈ ਜੀ ਆਈਟਮ ਨੰਬਰ ਅੱਜ ਦੀ 2 ਅਤੇ ਰੇਟ ਆਏਗਾ ਜੀ 12,460, 12,460 ਆਈਟਮ ਨੰਬਰ ਹੈਗੀ 2। ਇਹ ਸ਼ਰਾਰਾ ਸੂਟ ਦੇ ਵਿੱਚ ਹੈ ਜੀ। ਲਿਆ ਜੀ ਸੀਕੁਐਂਸ ਵਰਕ ਦਾ ਬਿਊਟੀਫੁੱਲ ਪੀਕੋਕ ਕਲਰ ਜੀ, ਕਿਆ ਬਾਤ ਹੈ। ਇਹ ਸਾਰਾ ਸੀਕੁਐਂਸ ਵਰਕ ਦੇ ਵਿੱਚ ਹੈ। ਇਹ ਵੀ ਸ਼ੋਰਟ ਸ਼ਰਟ ਦੇ ਨਾਲ ਆਏਗਾ ਸ਼ਰਾਰਾ। ਇਹਦੀ ਖਾਸੀਅਤ ਕੀ ਹੈ ਕਿ ਪੂਰਾ ਜਾਲ ਆਏਗਾ। ਪਹਿਲੇ ਸਲੀਵਸ ਦਿਖਾਉਣਾ ਤੁਹਾਨੂੰ, ਪਿਓਰ ਚਨੋਨ ਫੈਬਰਿਕ ਹੈਗਾ, ਉੱਪਰ ਸਾਰਾ ਸੀਕੁਐਂਸ ਜਾਲ ਹੈਗਾ ਜੀ, ਟੋਟਲ ਸੀਕੁਐਂਸ ਦੇ ਵਿੱਚ। ਹਲਕਾ ਮਿਰਰ ਦਾ ਨੈਕ ਬਣਿਆ ਹੋਇਆ, ਆਹ ਵੀ ਨੈਕ ਆਏਗਾ ਇਸ ਤਰ੍ਹਾਂ ਮਿਰਰ ਦਾ ਔਰ ਪੂਰਾ ਜਾਲ ਹੈ ਜੀ ਸੰਘਣਾ। ਨੀਡ ਐਂਡ ਕਲੀਨ ਵਰਕ ਹੈ, ਫੈਬਰਿਕ ਪਿਓਰ ਚਨੋਨ ਆਏਗਾ, ਟੋਟਲ ਸੀਕੁਐਂਸ ਦੇ ਵਿੱਚ ਹੈ। ਲਾਈਟ ਵੇਟ ਡਰੈਸ ਹੈਗੀ ਹੈ ਸ਼ਰਾਰੇ ਦੇ ਵਿੱਚ ਔਰ ਇਹਦਾ ਸ਼ਰਾਰਾ ਵੀ ਸੇਮ ਫੈਬਰਿਕ ਦਾ ਹੈ ਜੀ, ਚਨੋਨ ਦਾ ਹੀ ਸ਼ਰਾਰਾ ਹੈ। ਇਹਦੇ ਉੱਪਰ ਵੀ ਸੇਮ ਵਰਕ ਹੋਏਗਾ, ਸੀਕੁਐਂਸ ਐਂਡ ਥਰੈਡ ਦੀ ਬੂਟੀ ਬਣੀ ਹੋਈ ਹੈ। ਆ ਗਈ ਇਹਦੀ ਫਰੰਟ, ਆਏਗੀ ਇਹਦੀ ਬੈਕ। ਆ ਲਓ ਸੇਮ ਹੀ ਬੈਕ ਬਣੀ ਹੈ ਜੀ। ਕਲਰ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਪਿਕਚਰ ਦੇ ਵਿੱਚ, ਪਾਇਆ ਹੋਇਆ ਤਾਂ ਹੋਰ ਸੋਹਣਾ ਲੱਗੇਗਾ। ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈਗਾ, ਹੈ ਲਾਈਟ ਵੇਟ ਹੀ ਹੈ
और दुपट्टा भी तुहानू सेम देंगे शॉर्ट शर्ट दे नाल शरारा दुपट्टा आएगा चनौन दा आ गया दुपट्टा चारे पासे बॉर्डर बने हैं लोग कहने लगे कि 25-30 हज़ार की ड्रेस हैगी है पर रेट कुछ भी नहीं है आ देखो आएगा दुपट्टा है प्योर चनौन का ही दुपट्टा आएगा ऑल ओवर बूटी विद 4 साइड बॉर्डर है जी आ लो जी आ लो आएगी जी कलर दी पीकॉक ब्लू आइटम नंबर हैगी है जी अज्ज दी 3 रेट आएगा जी 13,520 आइटम नंबर हैगी है 3 जी थोड़ा आराम नाल पाई ठीक है स्लो च आर्टिकल सारे नवे ने ड्रेप साड़ियाँ बहुत सोहनिया ने जिन्हें भी ना सब सिंगल सिंगल ने ये आएगी ड्रेप साड़ी ये एक्चुअली जिहड़ा डिजाइन है ना रेडी टू वेयर का डिजाइन है पल्लू खोल दरा जेदा नीचे कर दे घुमा दे ये ना रेडी टू वेयर लहंगा कम ड्रेप हैगी है यदा ब्लाउज की खासियत देखो पहले हैंडवर्क का ब्लाउज है आ देखो ब्यूटीफुल सारा हैंडवर्क के ब्लाउज बनया टोटल हैवी ब्लाउज है इस तरह वी नैक के टोटल हैंड के प्योर जॉर्जेट का ब्लाउज है और प्योर जॉर्जेट का यदा लहंगा ही है नीचे लहंगा कम साड़ी के जी ड्रेप साड़ी नीचे जोड़ा फ्लेयर आएगा वह सिकुएंस वर्क का आएगा सारा ऑल ओवर सिकुएंस कलर आएगा मेहंदी नाल आएगी ड्रेप रेडी टू वेयर ब्लाउज लहंगा कम साड़ी विद ड्रेप इस तरह ड्रेप आएगी एक गर्लिश आइटम है जी सैलीब्रिटी स्टाइल और डिजाइनर कैटलुक के पीस ने सारे सब सिंगल सिंगल आर्टिकल ने आ देखो आ लुक आनी है जी पीस की ब्यूटीफुल कलर है जी बहुत सोहना पीस है नाले स्टिचिंग आर्ट है प्रोपर डिफरेंट कलर है और डिफरेंट ही डिजाइन है काम भी सारा सिकुएंस है जो ब्लाउज से काम आएगा वह सारा हैंडवर्क होगा जी आ लुक आनी है जी ड्रेप साड़ी विद ब्लाउज आ लो 3 पीस रेडी टू वेयर आइटम नंबर हैगी आज दी 4 ते रेट मिलेगा जी तुहानू 14,850 ओनली 14,850 आइटम नंबर 5 ये 4 है सॉरी 4 है 4 है सॉरी जी 4 आइटम नंबर कोई गल गलती लग जाती है नेक्स्ट आर्टिकल लियो जी जाफा विद ब्लाउज सुपर ये भी डार्क वाइन कलर का है जी इहदी खासियत पहले दसन लगा ब्लाउज हैगा प्रिंटेड ठीक है जी प्योर सिल्क का ब्लाउज हैगा प्रिंटेड डिजिटल प्रिंटिंग दे नाल आ देखो इस तरह स्टिचिंग आर्ट है कैप स्लीव्स आने सेम फैब्रिक दे इस तरह कैप स्लीव्स ने बीट्स लगे ने और जिहड़ी प्रिंटेड दी आउटलाइनिंग है सारी हैंडवर्क नाल हैगी है आ देखो ब्लाउज दी कंसैप्ट देखो बाजू पैरे बने ने कैप स्लीव्स आने नाल नाल आएगा चोकर दुपट्टा लाइट वेट गर्लिश चोकर दुपट्टा नैट का नाल आएगा साटन का जाफा ये हाई लो दे विच बने जी साइड तो मतलब लो है तो नीचो हाई है फ्रंट तो यह हाई लो दे विच बनया जाफा ब्यूटीफुल स्टिचिंग आर्ट है डिजाइनर का आएगी यदि बैक बैक डीप आएगी स्लीव्स अगर दूसरे भी लवाने लाल लग जाएंगे कोई दिक्कत नहीं है फुल फ्लेयर वाला जाफा है जी 2 पीस है ब्लाउज है ये सैपरेट है मतलब सिंगल नहीं आएगा ब्लाउज के नाल जाफा विद चोकर दुपट्टा प्रोपर गर्लिश जी प्रोपर डिजाइनर कलर नाइस है फैब्रिक नाइस है और एलीगेंट पीस है जी एकदम आ लुकानी जी 3 पीस की ये आइटम नंबर आई है जी 5 नंबर आइटम है रेट आएगा 16,200 16,200 आइटम नंबर 5 है जी अज की फिनिशिंग वाले काम ने नैक्सट भी ड्रेप साड़ी है बटे लिया अभी लिया रेडी टू वेयर ब्यूटीफुल शैंपेन गोल्ड जी स्टिचिंग आर्ट देखो फैब्रिक देखो मजा आ जाएगा वेयर करके जिथे पाई हुई तरीफ होणगे इदां दे कंसैप्ट ने जी ब्लाउज की लुक दिखाना पहले हैंडवर्क वाले ना रोस गोल्ड शैंपेन गोल्ड कलर आते ना ये कलर ने इंग्लिश कलर सारा हैंडवर्क है जी टोटल ज्वेलरी वर्क है जरकन दे विच सीक्वेंस दे विच पर्ल दे विच आ देखो नेड़े करके शो करन दा मकसद ये कि तुहानू प्रोपर क्लैरिटी नज़र आवे भी की वर्क होया की फैब्रिक है नाल आएगा क्रश लुक दा ना इस तरह आएगी साड़ी ड्रेप ये स्टिच हैगी है जी ये सारा इंपोर्टेंट मटीरियल होंदा है इहदे उपर बनी हुई साड़ी है जी सारा स्टिचिंग क्रश दे विच नाल आएगा पल्लू ड्रेप इहदे नाल अटैच हैगी है स्लीव्स नाल हैगे ने जिन्ने कहोगे स्लीव्स भी लगणगे पहले बैक शो कर दिया तुहानू ब्लाउज की आएगी सेम बैक बनी है जी वी नैक दे नाल ना आ लो लो जी ये हैगी ड्रेप साड़ी लहंगा विद ड्रेप नाल ब्लाउज रेडीमेड है फुल हैंडवर्क का ब्लाउज है और जिहड़ा इंपोर्टेंट मटीरियल दी सारी इहदी ड्रेप है आ लो प्योर जॉर्जेट टिशू दे विच ना आ लो कहानी है जी सुपर पल्लू भी सारा ना अटैच है रेडी टू वेयर का पीस है जी ये जिहड़े सैलीब्रिटी डिजाइनर जिन्हें बॉलीवुड दे विच पाए होंदे ने ना ये वो चीज़ा ने सारिया आ लो कलर देखो कॉम्बीनेशन देखो डिजाइन देखो स्टिचिंग आर्ट देखो
आइटम नंबर हैगी आज दी 6 ते रेट आएगा जी 16180 16180 आइटम नंबर 6 है जी आज दी। लो जी नेक्स्ट आइटम ने जेडे थोड़ा ट्रेडिशनल दे विच है पर पीस बहुत सोना कलर भी अच्छा पर्पल कलर है का फैब्रिक जेड़ा है का प्योर सिल्क है साडा डिजाइन हिट जा रहा है जी। पहले दे ना स्लीव्स तुहानू शो करदा आ देखो हैंडवर्क वाले नेट दे स्लीव्स ने फुल हैंडवर्क है जी सारा कुंदन जरी पिट्टे दे विच बनया पीस है फुल बाजू वर्क वाले आणगे। आ लो जी सैकेंड स्लीव्स दा देखो फुल बाजू है ठीक है जी। हुण दिखाना तुहानू जिहड़ी शर्ट शर्ट ते ना इस तरह नैक बनया वी नैक सारा स्कैल्पिंग दे विच है पिट्टे डोरी और मिरर दे विच सिलिया है जी। शर्ट ते आएगी बूटी रॉ सिल्क हैगी है फैब्रिक ऑल ओवर बूटी आएगी रॉ सिल्क दे उपर नीचे आएगा घेरा इहदा स्कैल्पिंग कटवर्क दे विच सेम वर्क वाला ना कटवर्क दा घेरा बने शर्ट दा नाल आएगा शरारा फुल कलियां वाला शरारा और सेम वर्क वाला हैवी लुक पीस है कम सारा हैंड दा है पिट्टे दा वर्क है मिरर दा वर्क है ब्यूटीफुल आर्टिकल है मतलब फंक्शन जागो है मेहंदी है या किसी भी हल्दी दे वेयर किया जा सकता कंसैप्ट है जी। आएगी इहदी बैक बैक नैक इस तरह सारा ऑल ओवर वर्क है बैक ते भी बूटी बनी हुई है हैवी लुक कंसैप्ट है प्रोपर शॉर्ट शर्ट दे नाल कलियां वाला शरारा है जी। कलर आएगा डार्क पर्पल वाइन नाल दुपट्टा जिहड़ा देंगे ना लाइट मोव कलर का नैट का दुपट्टा यह हैगा शरारा सूट शॉर्ट शर्ट दे नाल। लो जी आ लुक आएगी जी पीस की आलो ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਜੀ ਸਾਰਾ ਸਕੈਲਪਿੰਗ ਦੇ ਵਿੱਚ ਦੁਪੱਟਾ ਨੈਟ ਦਾ ਸੀਕੁਐਂਸ ਵਰਕ ਦਾ ਇਹ ਹੈਗਾ ਡਾਰਕ ਪਰਪਲ ਦੇ ਨਾਲ ਲਾਈਟ ਮੂਵ ਦਾ ਕੰਬੀਨੇਸ਼ਨ ਆ ਗਿਆ ਪੂਰ ਲੁੱਕ ਦੇਖੋ ਜੀ ਪਿਕਚਰ ਦੀ ਸ਼ਾਰੇ ਦੀ ਆਈਟਮ ਨੰਬਰ ਹੈਗੀ ਹੈ ਜੀ ਇਹਦੀ 7 ਨੰਬਰ ਆਈਟਮ ਹੈ ਅਤੇ ਰੇਟ ਆਏਗਾ 15,220 15,220 ਆਈਟਮ ਨੰਬਰ 7 ਹੈ ਜੀ ਇਹਦੀ। लो जी नैक्सट आर्टिकल देंगे तो चिकनकारी अनारकली दे विच इहदी खासियत की है कि फैब्रिक प्योर जॉर्जेट है पर काम जिहड़ा है ना सारा थ्रैड का है। आ देखो डस्टी कलर यूज किए इहदे च भी पहले नैक की शेप दिखाना इस तरह वी नैक आएगा हैंडवर्क का सारा काम है ब्यूटीफुल कलर कॉम्बीनेशन है कलर आएगा जैट ब्लैक ब्लैक के उपर मल्टी थ्रैड का काम है सारा मल्टी थ्रैड का मतलब मकसद कि कोई शाइनिंग नहीं हैगी कोई ओवर मतलब कंट्रास्ट नहीं लगे बड़े रिच कॉम्बीनेशन है। आ देखो ब्यूटीफुल कलर यूज किए ने जेडे थ्रेड दे भी ने ना अल्टीमेट कलर है इहदे नाल प्लाजो भी है ना बेटा ए के नारकली है सिंगल प्लाजो भी है यह है जी एंकल लेंथ नारकली विद प्लाजो जेड़ा काम है ना सारा थ्रेड का फैब्रिक है प्योर जॉर्जेट बैक भी सेम बनी है जी इहदी। आ देखो आएगी इहदी बैक बैक ते भी तुहानू सेम वर्क मिलेगा बैक जिपर है डोरी लटकन टसल्स नाल सारे सेम फिनिशिंग प्रोपर मिलेगी जी पीस दे विच फैब्रिक तो है ही फाइन और काम भी बहुत सोहना है ना दुपट्टा लगाओ यह है विद प्लाजो एंकल लेंथ नारकली विद प्लाजो जॉर्जेट का ही प्लाजो आएगा जी नाले दे और आएगा दुपट्टा है ठीक है जी। आ दुपट्टे के चारे पासे बॉर्डर विद ऑल ओवर बूटी है जी लाइट वेट नारकली है रॉयल लुक और रिच लुक की नारकली है जी। आ देखो फुल पिक्चर यदि सुपर आइटम नंबर हैगी है जी 8 तो रेट आएगा जी 23,140 23,140 आइटम नंबर 8 है जी आज दी। बंदे ही नहीं होंगे थे कल बाया सी वहां मान लो 12, 15, 9 मंड कर आलो जी नेक्स्ट आर्टिकल गर्लिश है एक क्रॉप टॉप दे विच बने है कलर आएगा येलो प्रॉपर ब्राइट येलो है इस तरह आएगा जी ये स्टेप लुक का पीस है इहदा ब्लाउज इस तरह बने सारा सीकुएंस और डमोंडिंग वर्क के विच इहदी खासियत है कि वन साइड स्टैप है तो एक साइड लोंग स्लीवस आएगी फुल आ देखो फुल वर्क वाली ना लोंग स्लीवस हैगी है थोड़ा वैसटर्न लुक का कंसैप्ट है नीचे आएगा ये लहंगा जॉर्जेट का ही लहंगा आ देखो तुहानू घुमा के दिखाने की लुक आती है पीस की ब्यूटीफुल आर्टिकल लाइट वेट है गर्लिश है डिजाइनर है ये पता कि कभी भी वेयर होने कभी डंप नहीं होंगे जो मर्जी कट के पा लो लाइट वेट भी है सुपर जेंटली पीस है नाल दुपट्टा देंगे नैट का कलर आएगा ब्राइट मस्टर्ड येलो नाल आएगा नैट का दुपट्टा इस तरह फ्रिल वाला एक है टू पीस दे विच विद दुपट्टा है क्रॉप टॉप आएगा लहंगा चोली नाल फुल स्लीव्स हैगी है
ਇਹ ਹੈਗੀ ਹੈ ਜੀ ਆਈਟਮ ਨੰਬਰ ਅੱਜ ਦੀ ਹੈਗੀ 9 ਤੇ ਰੇਟ ਆਏਗਾ ਜੀ 8900 9900 ਓਨਲੀ ਰੇਟ ਦੇਖੋ ਕੁਛ ਵੀ ਨਹੀਂ ਹੈਗਾ ਬਾਏ ਕਰਨ ਵਾਲਾ ਪੀਸ ਹੈ ਜੀ ਇਹ ਤਾਂ ਬਮ ਲਓ ਜੀ ਨੈਕਸਟ ਆਰਟੀਕਲ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਨਾ ਹੁਣ ਸ਼ੁਰੂ ਕਰ ਰਹੇ ਹਾਂ ਜੀ ਲਹਿੰਗਾ ਚੋਲੀ ਤੋਂ ਇੱਕ ਕਲਰ ਆਏਗਾ ਸੀ ਗ੍ਰੀਨ ਅਤੇ ਲਹਿੰਗੇ ਦੀ ਖਾਸੀਅਤ ਕੀ ਹੈ ਕਿ ਪਰਲ ਵਰਕ ਜਿਹੜਾ ਚੋਲੀ ਹੈ ਨਾ ਫੁੱਲ ਸਲੀਵਸ ਵਾਲੀ ਇਹ ਚੋਲੀ ਹੈ ਦੇਖੋ ਸਾਰੀ ਹੈਂਡ ਵਰਕ ਦੀ ਕਲਰ ਪੇਸਟਲ ਹੈ ਯੂਨੀਕ ਹੈ ਫੁੱਲ ਬਾਜ਼ੂ ਵਰਕ ਨੇ ਹੈਂਡ ਦੇ ਆਹ ਦੇਖੋ ਫੁੱਲ ਬਾਜ਼ੂ ਨੈੱਟ ਦੇ ਨਾ ਸਾਰਾ ਹੈਂਡ ਵਰਕ ਸਿਲਿਆ ਹੋਇਆ ਜੀ ਕੋਈ ਓਵਰ ਨਹੀਂ ਹੈਗਾ ਇਹਦੇ 'ਚ ਸਾਰਾ ਸੈਲਫ ਮੈਚਿੰਗ ਦੇ ਵਿੱਚ ਬਣਿਆ ਪੀਸ ਹੈ ਨੇੜੇ ਕਰਕੇ ਤੁਹਾਨੂੰ ਵਰਕ ਵੀ ਸ਼ੋਅ ਕਰਦੇ ਪਏ ਨਾਲ ਨਾਲ ਕਲਰ ਦੀ ਵੀ ਲੁੱਕ ਪਤਾ ਚੱਲਦੀ ਹੈ ਔਰ ਕੰਮ ਦੀ ਕੁਆਲਿਟੀ ਔਰ ਨੀਟਨੈਸ ਪਤਾ ਚੱਲਦੀ ਹੈ ਫੁੱਲ ਚੋਲੀ ਹੈਗੀ ਜੀ ਬੈਕ ਵੀ ਇੱਦਾਂ ਹੀ ਬਣੀ ਹੈ ਇਹਦਾ ਲਹਿੰਗਾ ਹੈਗਾ ਚਿਕਨਕਾਰੀ ਦਾ ਸਾਰਾ ਆਲ ਓਵਰ ਸੀਕਰਿਨ ਹਲਕੀ ਹਲਕੀ ਨਾ ਇਹਦੇ ਵਿੱਚ ਮਤਲਬ ਕਿ ਟੱਚਿੰਗ ਹੈਗੀ ਹੈ ਜ਼ਰੀ ਦੀ ਸਿਲਵਰ ਟੋਨ ਦੇ ਵਿੱਚ ਨਾ ਆ ਲਓ ਬਿਊਟੀਫੁਲ ਚਿਕਨਕਾਰੀ ਦਾ ਲਹਿੰਗਾ ਹੈ ਜੀ ਅਲਟੀਮੇਟ ਆਰਟੀਕਲ ਅਲਟੀਮੇਟ ਡਿਜ਼ਾਈਨ ਰੋਇਲ ਲੁੱਕ ਦੇ ਕਲਰ ਇੰਗਲਿਸ਼ ਕਲਰ ਚੋਲੀ ਪੂਰੀ ਹੈਵੀ ਹੈ ਫੁੱਲ ਸਲੀਵਸ ਵਾਲੀ ਬੈਕ ਵੀ ਤੁਹਾਨੂੰ ਨਾਈਸ ਮਿਲੇਗੀ ਆ ਦੇਖੋ ਬੈਕ ਤੇ ਕੀ ਹੋਲ ਆਏਗਾ ਇਸ ਤਰ੍ਹਾਂ ਬੈਕ ਕਿੰਨੀ ਪਿਆਰੀ ਬਣੀ ਹੈ ਸੇਮ ਵਰਕ ਵਾਲੀ ਇਸ ਤਰ੍ਹਾਂ ਹੀ ਬੈਕ ਹੈ ਜੀ ਪੂਰੀ ਬੈਕ ਤੇ ਵੀ ਸੇਮ ਵਰਕ ਹੋਇਆ ਸੁਪਰ ਬੜਾ ਪਿਆਰਾ ਆਰਟੀਕਲ ਹੈ ਜੀ ਫੁੱਲ ਫਲੇਅਰ ਦਾ ਲਹਿੰਗਾ ਚੋਲੀ ਹੈ ਸੀਗਰੀਨ ਕਲਰ ਦਾ ਕੰਮ ਜਿਹੜਾ ਹੈਗਾ ਪਰਲ ਦਾ ਔਰ ਸਾਰਾ ਸਟੋਨ ਔਰ ਸੀਕੁਐਂਸ ਹੈ ਨਾਲ ਲਹਿੰਗਾ ਮਿਲੇਗਾ ਚਿਕਨਕਾਰੀ ਦਾ ਔਰ ਦੁਪੱਟਾ ਆਏਗਾ ਪਿਓਰ ਜੋਰਜਟ ਦਾ ਨਾਲ ਜੀ ਆਹ ਦੇਖੋ ਜੋਰਜਟ ਦਾ ਸੇਮ ਕਲਰ ਦਾ ਦੁਪੱਟਾ ਹੈ ਲਓ ਜੀ ਆਹ ਦੁਪੱਟੇ ਦੀ ਲੁੱਕ ਦੇਖੋ ਫੋਰ ਸਾਈਡ ਬਾਰਡਰ ਵੀ ਹੈ ਅਤੇ ਆਲ ਓਵਰ ਬੂਟੀ ਵੀ ਆਏਗੀ ਚਾਰੇ ਪਾਸੇ ਬਾਰਡਰ ਬਣਿਆ ਨੀਟ ਜੀ ਥਰੈਡ ਦਾ ਸੇਮ ਟੂ ਟੇਮ ਟੋਨ ਟੂ ਟੋਨ ਦਿਖਾ ਬਈ ਆਈਟਮ ਨੰਬਰ 10 ਇਹ ਟੂ ਪੀਸ ਲਹਿੰਗਾ ਚੋਲੀ ਹੈ ਅਤੇ ਰੇਟ ਆਏਗਾ ਜੀ 30,270 30,270 ਆਈਟਮ ਨੰਬਰ ਹੈਗੀ ਅੱਜ ਦੀ 10 ਜੀ ਟੂ ਪੀਸ ਲਹਿੰਗਾ ਚੋਲੀ ਇਹਨੂੰ ਸਿੰਗਲ ਪੀਸ ਦੇ ਵਿੱਚ ਵੀ ਕਨਵਰਟ ਕਰ ਸਕਦੇ ਜੀ ਆਪਸ਼ਨ ਹੈਗੀ ਹੈ ਲਓ ਜੀ ਫੁੱਲ ਲੈਂਥ ਅਨਾਰਕਲੀਸ ਲਓ ਖੜੇ ਹੋ ਕੇ ਦਿਖਾਉਂਦੇ ਹਾਂ ਕਲਰ ਆਏਗਾ ਡਸਟੀ ਮਹਿੰਦੀ ਇਹ ਫੈਬਰਿਕ ਜਿਹੜਾ ਹੈਗਾ ਨਾ ਪਿਓਰ ਚਨੋਨ ਹੈ ਜੀ ਪਿਓਰ ਚਨੋਨ ਦੇ ਉੱਪਰ ਕੰਮ ਸਾਰਾ ਆਏਗਾ ਇਸ ਤਰ੍ਹਾਂ ਦੇਖੋ ਪਹਿਲੇ ਫੁੱਲ ਬਾਜ਼ੂ ਦੇਖੋ ਮਿਰਰ ਵਰਕ ਦੇ ਸਲੀਵਸ ਨੇ ਫੈਬਰਿਕ ਹੈਗਾ ਪਿਓਰ ਚਨੋਨ ਕਲਰ ਆਏਗਾ ਮਹਿੰਦੀ ਫੁੱਲ ਹੈਂਡ ਵਰਕ ਦੇ ਬਾਜ਼ੂ ਨੇ ਇਸ ਤਰ੍ਹਾਂ ਹੀ ਫਲਾਵਰ ਬਣਿਆ ਹੈਗਾ ਅਤੇ ਆਲ ਓਵਰ ਬੂਟੀ ਅਤੇ ਵਿਦ ਬਾਰਡਰ ਆਏਗਾ ਇਹਦਾ ਜਿਹੜਾ ਯੋਕ ਪੈਟਰਨ ਹੈ ਨਾ ਆਹ ਬਣਿਆ ਜੀ ਇਸ ਤਰ੍ਹਾਂ ਕੀ ਹੋਲ ਹੈ ਫਰੰਟ 'ਤੇ ਹਲਕਾ ਜਿਹਾ ਅਤੇ ਫੁੱਲ ਬਾਡੀ ਵਰਕ ਹੈਗਾ ਸਾਰਾ ਹੈਂਡ ਦਾ ਬਾਡੀ ਦਾ ਕੰਮ ਹੈ ਟੋਟਲ ਹੈਂਡ ਮਿਰਰ ਦੇ ਵਿੱਚ ਸਿਲਿਆ ਨਾਲ ਆਏਗੀ ਕਲੀਆਂ ਇਸ ਤੋਂ ਵੇਸਟ ਤੋਂ ਸਟਾਰਟ ਹੋ ਜਾਣਗੀਆਂ ਕਲੀਆਂ ਦੇ ਵਿੱਚ ਨੀਚੇ ਆਏਗਾ ਜਿਸ ਤਰ੍ਹਾਂ ਬੂਟੀ ਆਲ ਓਵਰ ਨਾ ਹਲਕੀ ਹਲਕੀ ਮਿਰਰ ਦੀ ਬੂਟੀ ਹੈ ਨੀਚੇ ਆਏਗਾ ਬਿਗ ਬਾਰਡਰ ਨੀਟ ਐਂਡ ਕਲੀਨ ਬਾਰਡਰ ਹੈ ਜੀ ਫੁੱਲ ਲੈਂਥ ਡਰੈਸ ਹੈਗੀ ਹੈ ਜੀ ਵਿਦਆਊਟ ਦੁਪੱਟਾ ਯੂਜ਼ ਕਰੋ ਦੁਪੱਟਾ ਦਾ ਨਾਲ ਹੈਗੀ ਹੈ ਜੀ ਅਨਾਰਕਲੀ ਵੀ ਯੂਜ਼ ਕਰ ਸਕਦੇ ਫੁੱਲ ਲੈਂਥ ਦੇ ਵਿੱਚ ਨਾ ਫੁੱਲ ਬਾਜ਼ੂ ਵਾਲੀ ਬੈਕ ਵੀ ਦੇਖੋ ਕਿੰਨੀ ਪਿਆਰੀ ਬਣੀ ਆਏਗੀ ਇਹਦੀ ਬੈਕ ਬੈਕ 'ਤੇ ਵੀ ਕੀ ਹੋਲ ਹੈ ਪੂਰਾ ਸੇਮ ਵਰਕ ਬੈਕ 'ਤੇ ਵੀ ਹੋਇਆ ਨਾਲ ਡੋਰੀ ਆਏਗੀ ਇਸ ਤਰ੍ਹਾਂ ਲਟਕਣ ਆਣਗੇ ਆ ਸੇਮ ਬੈਕ ਬਣੀ ਹੈ ਜੀ ਫੁੱਲ ਲੈਂਥ ਦੀ ਡਰੈਸ ਹੈ ਜੀ ਵਿਦ ਦੁਪੱਟਾ ਆ ਲਓ ਕਲਰ ਆਏਗਾ ਮਹਿੰਦੀ ਫੈਬਰਿਕ ਆਏਗਾ ਪਿਓਰ ਚਨੋਨ ਆਹ ਇਹਦਾ ਦੁਪੱਟਾ ਆਏਗਾ ਜੀ ਨੈੱਟ ਦਾ ਦੁਪੱਟਾ ਚਾਰੇ ਪਾਸੇ ਐਲੀਗੈਂਟ ਬਾਰਡਰ ਮਿਲੇਗਾ ਤੁਹਾਨੂੰ ਆ ਲਓ ਆਏਗਾ ਇਹਦਾ ਦੁਪੱਟਾ ਵੈਰੀ ਬਿਊਟੀਫੁੱਲ ਕਲਰ ਔਸਮ ਡਿਜ਼ਾਈਨ ਔਸਮ ਫੁੱਲ ਲੈਂਥ ਡਰੈਸ ਆਈਟਮ ਨੰਬਰ ਹੈਗੀ ਅੱਜ ਦੀ ਹੈ ਜੀ ਇਹ 11 ਅਤੇ ਰੇਟ ਆਏਗਾ ਜੀ 20,460 20,460 ਆਈਟਮ ਨੰਬਰ ਹੈਗੀ ਹੈ 11 ਫੁੱਲ ਲੈਂਥ ਡਰੈਸ ਹੈ ਜੀ ਫੁੱਲ ਬਾਜ਼ੂ ਨਾਲ ਨੈਕਸਟ ਆਰਟੀਕਲ ਆਏਗਾ ਜੀ ਚਿਕਨਕਾਰੀ ਦੀ ਅਨਾਰਕਲੀ ਰੈਡੀ ਟੂ ਵੇਅਰ ਇਹ ਆਏਗੀ ਜੀ ਕਲਰ ਹੈਗਾ ਆਫ ਵਾਈਟ ਫੈਬਰਿਕ ਆਏਗਾ ਪਿਓਰ ਜੋਰਜਟ ਇਹਦੀ ਖਾਸੀਅਤ ਮੈਂ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਯੋਗ ਨਹੀਂ ਹੈਗਾ ਜੀ ਆਹ ਦੇਖੋ ਨਾ ਫਰੰਟ 'ਤੇ ਕੋਈ ਯੋਗ ਨਹੀਂ ਹੈ ਉੱਪਰੋਂ ਕਲੀਆਂ ਸ਼ੁਰੂ ਹੋਣਗੀਆਂ ਸ਼ੋਲਡਰ ਤੋਂ ਆਹ ਰਾਊਂਡ ਨੈਕ ਬਣਿਆ ਆਹ ਆਣਗੇ ਸਲੀਵਸ ਇਹਦੇ ਪਿਓਰ ਜੋਰਜਟ ਦੇ ਚਿਕਨਕਾਰੀ ਵਰਕ ਦੇ ਨਾ ਹਲਕੀ ਹਲਕੀ ਸੀਕੁਐਂਸ ਵੀ ਇਹਦੇ ਨਾਲ ਟੱਚਿੰਗ ਦਿੱਤੀ ਗਈ ਨਾਲ ਪਰਲ ਦੀ ਆਹ ਦੇਖੋ ਪਹਿਲੇ ਫਰੰਟ ਦਿਖਾਉਣਾ ਤੁਹਾਨੂੰ ਪਰਲ ਵਰਕ ਦੇ ਵਿੱਚ ਬੂਟੀ ਬਣੀ ਹੈ ਸਾਰਾ ਆਲ ਓਵਰ ਕਲੀਆਂ ਦੇ ਵਿੱਚ ਵਰਕ ਹੈ ਇਸ ਤਰ੍ਹਾਂ ਹੀ ਫਿਰ ਫਲਾਵਰ ਆਣਗੇ ਹੈਂਡ ਵਰਕ ਦੇ ਵਿੱਚ ਬਣੇ ਹੋਏ ਫੁੱਲ ਕਲੀਆਂ ਵਾਲਾ ਕਨਸੈਪਟ ਹੈਗਾ ਜੀ ਆਹ ਦੇਖੋ ਆਹ ਲੁੱਕ ਆਣੀ ਹੈ ਫੁੱਲ ਲੈਂਥ ਦੇ ਵਿੱਚ ਆਹ ਇਹਦਾ ਬਾਰਡਰ ਆਏਗਾ ਨੀਚੇ ਬੜਾ ਯੂਨੀਕ ਪੀਸ ਹੈ ਜੀ ਕੈਟਲੁਕ ਦਾ ਪੀਸ ਹੈ ਡਿਜ਼ਾਈਨਰ ਦੇ ਕਨਸੈਪਟ ਨੇ ਜੀ ਸਾਰੇ ਡਮੀ ਸਟਾਈਲ ਦੇ ਵਿੱਚ ਬਣਿਆ ਫੁੱਲ ਲੈਂਥ ਦਾ ਪੀਸ ਆਏਗਾ ਬੈਕ ਇਹਦੀ ਨਾ ਹਲਕੀ ਹਲਕੀ ਬੂਟੀ ਦੇ ਵਿੱਚ ਡੀਪ ਆਏਗੀ ਬੈਕ ਹਲਕੀ ਹਲਕੀ ਲਾਈਟ ਲਾਈਟ ਬੂਟੀ ਬਣੀ ਹੈ ਕਰੀਮ ਕਲਰ ਦੇ ਉੱਪਰ ਨਾ ਥਰੈਡ ਵਰਕ ਦੀ ਬੂਟੀ ਬਣੀ ਹੋਈ ਹੈ ਬੈਕ 'ਤੇ ਵੀ ਸੇਮ ਬਾਰਡਰ ਸ਼ੋ ਹੋਏਗਾ ਤੁਹਾਨੂੰ ਇਹ ਆਪਾਂ ਵੀ ਇਹਨੂੰ ਮਤਲਬ ਵਿਦਆਊਟ ਦੁਪੱਟਾ ਵੀ ਯੂਜ਼ ਕਰਦੇ ਸਿੰਗਲ ਐਜ ਏ ਡਰੈਸ ਹੈ ਤਾਂ ਨਾਰਕਲ ਹੀ ਹੈ ਪਰ ਦੁਪੱਟਾ ਦੇ ਨਾਲ ਆਏ ਇਹਦੇ ਪਿਓਰ ਸ਼ਿਫੋਨ ਜੋਰਜਟ ਦਾ ਦੁਪੱਟਾ ਨਾਲ ਹੈਗਾ ਸੇਮ ਕਲਰ ਦਾ ਬਿਊਟੀਫੁੱਲ ਆਈਬਰੀ ਕਲਰ ਦੀ ਨਾਰਕਲੀ ਜੀ
ਨਾਲ ਆਏਗਾ ਦੁਪੱਟਾ, ਚਾਰੇ ਪਾਸੇ ਬਾਰਡਰ ਵੀ ਹੈ ਨਾਲ ਓਵਰ ਬੂਟੀ ਵੀ ਹੈ। ਸੁਪਰ ਹੈ ਜੀ, ਬਹੁਤ ਸੋਬਰ ਜੈਂਟਲੀ ਹੈ, ਟੋਨ ਟੂ ਟੋਨ ਵਰਕ ਵਾਲਾ ਪੀਸ ਹੈ। ਇਹ ਹੈਗੀ ਹੈ ਜੀ ਅਨਾਰਕਲੀ ਦੀ ਆਈਟਮ ਨੰਬਰ ਹੈਗੀ ਹੈ ਜੀ ਅੱਜ ਦੀ 12 ਨੰਬਰ ਆਈਟਮ ਹੈ ਅਤੇ ਰੇਟ ਆਏਗਾ ਜੀ 17,800, 17,800, ਆਈਟਮ ਨੰਬਰ 12 ਹੈ ਜੀ ਅੱਜ ਦੀ। ਖੜੇ ਹੋ ਕੇ ਪਾਉਂਦੇ ਥੋੜ੍ਹੀ ਜਿਹੀ ਤੱਕ ਜੋ ਲਾਈਏ। ਨੈਕਸਟ ਆਰਟੀਕਲ ਤਾਂ ਮਜ਼ਾ ਆ ਜਾਏਗਾ, ਕਲਰ ਸ਼ੈਂਪੇਨ ਗੋਲਡ, ਬੇਸ ਗੋਲਡ ਹੁੰਦਾ ਨਾ, ਔਰ ਕੰਮ ਦੇਖਣਾ ਬੜਾ ਯੂਨੀਕ ਹੈ, ਮਤਲਬ ਮੈਟ ਫਿਨਿਸ਼ ਦੇ ਵਿੱਚ ਹੈ, ਕੋਈ ਓਵਰ ਸ਼ਾਈਨੀ ਨਹੀਂ ਹੈ। ਇਹਦਾ ਰਾਊਂਡ ਨੈਕ ਬਣਿਆ ਇਸ ਤਰ੍ਹਾਂ, ਹੈਂਡ ਵਰਕ ਦਾ ਨਾ, ਇਸ ਤਰ੍ਹਾਂ ਬੀਡਸ ਲੱਗੇ ਹੋਣਗੇ, ਸਾਰਾ ਨੀਡ ਵਰਕ ਹੈਗਾ, ਲਾਈਟ ਗੋਲਡ ਐਂਟੀਕ ਰਾਊਂਡ ਨੈਕ ਆ ਗਿਆ, ਪਿਓਰ ਜੋਜਟ ਦੀ, ਇਹ ਵੀ ਉੱਪਰੋਂ ਕਲੀ ਕਲੀਆਂ ਸ਼ੋਲਡਰ ਤੋਂ ਸ਼ੁਰੂ ਹੋਣਗੀਆਂ ਜੀ, ਕੋਈ ਯੋਗ ਨਹੀਂ ਹੈਗਾ ਇਹਦੇ ਵਿੱਚ, ਸਿਰਫ ਸਿੱਧੀ ਕਲੀਆਂ ਵਾਲੀ ਅਨਾਰਕਲੀ ਹੈ ਜੀ। ਕੰਮ ਦੇਖੋ, ਮਤਲਬ ਬੇਸ ਦੇ ਉੱਪਰ ਬਰਾਊਨ ਕੋਂਬੀਨੇਸ਼ਨ, ਪਿੰਕ ਕੋਂਬੀਨੇਸ਼ਨ, ਮੈਰੂਨ ਕੋਂਬੀਨੇਸ਼ਨ, ਆਹ ਥਰੈਡ ਦੇ ਯੂਜ਼ ਕੀਤੇ ਨੇ ਸਾਰੇ। ਸੁਪਰ ਹੈ ਜੀ, ਸੁਪਰ ਕਹਿੰਦੇ ਨਾ ਸੁਪਰ ਡੁਪਰ, ਇਹ ਸੁਪਰ ਡੁਪਰ ਤੋਂ ਵੀ ਉੱਪਰ ਹੈ ਜੀ, ਬੜੀ ਹੀ ਪਿਆਰੀ ਅਨਾਰਕਲੀ ਹੈ ਜੀ। ਆਹ ਦੇਖੋ ਬੈਕ ਵੀ ਸੇਮ ਬਣੀ ਹੈ, ਬੈਕ ਵੀ ਸ਼ੋਅ ਕਰਦਾ, ਆ ਆਏਗੀ ਇਹਦੀ ਬੈਕ, ਬੈਕ ਇਸ ਤਰ੍ਹਾਂ ਡੀਪ ਹੈ, ਬੈਕ 'ਤੇ ਵੀ ਡੋਰੀ ਆਏਗੀ, ਸਲੀਵਸ ਨਾਲ ਆਏ ਨੇ, ਜਿੰਨੇ ਕਹੋਗੇ ਸਲੀਵਸ ਵੀ ਲੱਗਣਗੇ ਜੀ ਨਾਲ, ਮਤਲਬ ਪਤਾ ਲੱਗਦਾ ਵੀ ਕਿ ਕੰਮ ਹੋਇਆ ਹੋਇਆ। ਬਿਊਟੀਫੁੱਲ ਅਨਾਰਕਲੀ ਹੈ ਜੀ, ਫੁੱਲ ਲੈਂਥ ਦੀ, ਨਾਲ ਆਏਗਾ ਦੁਪੱਟਾ, ਬਾਅਦ ਤੁਸੀਂ ਫੁੱਲ ਕਹੋਗੇ ਫੁੱਲ ਵੀ ਲੱਗ ਜਾਣਗੇ, ਅਤੇ ਹਾਫ ਲਵਾਉਣੇ ਹਾਫ ਦੀ ਵੀ ਆਪਸ਼ਨ ਹੈਗੀ ਹੈ। ਆਏਗਾ ਦੁਪੱਟਾ, ਜ਼ਾਲ ਡਿਜ਼ਾਈਨਰ ਜ਼ਾਲ ਬਣਿਆ ਵਿਦ 4 ਸਾਈਡ ਬਾਰਡਰ ਥਰੈਡ ਦਾ, ਸੇਮ ਪਿਓਰ ਜੋਰਜਟ ਦਾ ਦੁਪੱਟਾ ਜੀ, ਸੇਮ ਕਲਰ ਬੇਜ ਕਲਰ ਦਾ। ਆਹ ਲੁੱਕ ਆਉਣੀ ਹੈ ਜੀ ਪੂਰੀ ਫੁੱਲ ਲੈਂਥ ਡਰੈਸ ਦੀ ਨਾ, ਵਿਦ ਦੁਪੱਟਾ। ਇਹ ਹੈਗੀ ਜੀ ਆਈਟਮ ਨੰਬਰ 13 ਅਤੇ ਰੇਟ ਆਏਗਾ ਜੀ 24,210, 24,210, ਆਈਟਮ ਨੰਬਰ 13 ਹੈ ਜੀ ਅੱਜ ਦੀ, ਫੁੱਲ ਲੈਂਥ ਅਨਾਰਕਲੀ ਵਿਦ ਦੁਪੱਟਾ। ਲਓ ਜੀ ਨੈਕਸਟ ਵੀ ਜਿਹੜੀ ਹੈ ਉਹ ਵੀ ਫੁੱਲ ਲੈਂਥ ਡਰੈਸ ਹੈ, ਪਰ ਕਲਰ ਆਏਗਾ ਆਈਸ ਬਲਿਊ, ਬਿਊਟੀਫੁੱਲ ਗ੍ਰੇਸ਼ ਬਲੂ ਕਲਰ ਹੈਗਾ। ਇਹਦਾ ਨੈੱਕ ਆਏਗਾ ਵੀ, ਸਾਰਾ ਹੈਂਡ ਵਰਕ ਦਾ ਨੈੱਕ ਹੈ ਇਹਦਾ, ਪਹਿਲੇ ਫਰੰਟ ਦੇਖੋ, ਠੀਕ ਹੈ ਜੀ, ਇਸ ਤਰ੍ਹਾਂ ਸਾਰਾ ਹੈਂਡ ਵਰਕ ਦਾ ਨਾ ਵੀ ਨੈੱਕ ਬਣਿਆ, ਦਬਕੇ ਔਰ ਸੀਕੁਐਂਸ ਔਰ ਕੁੰਦਨ ਦੇ ਵਿੱਚ, ਇਹ ਸਾਰਾ ਟੋਟਲ ਹੈਂਡ ਦੇ ਵਿੱਚ ਬਣਿਆ। ਬਾਜ਼ੂ ਆਉਣਗੇ, ਅੱਛਾ ਖਾਸੀਅਤ ਹੋਰ ਸੁਣੋ, ਜੋਜਟ ਦੇ ਉੱਪਰ ਪਹਿਲੇ ਥਰੈਡ ਵਰਕ ਹੈ, ਥਰੈਡ ਵਰਕ ਹੈ, ਫਿਰ ਹੈਂਡ ਵਰਕ ਕੀਤਾ, ਇਸ ਤਰ੍ਹਾਂ ਹੀ ਬਾਜ਼ੂ ਬਣੇ ਨੇ ਸਾਰੇ ਆਲ ਓਵਰ ਜਾਲ ਦੇ ਵਿੱਚ ਨਾ, ਥਰੈਡ ਵਰਕ ਦੇ ਵਿੱਚ, ਕਲਰ ਵੀ ਮਤਲਬ ਥੋੜ੍ਹੇ ਪੇਸਟਲ ਕਲਰ ਯੂਜ਼ ਕੀਤੇ ਨੇ ਥਰੈਡ ਦੇ ਵੀ, ਬੜਾ ਅੱਛਾ ਆਰਟੀਕਲ ਹੈ, ਫੁੱਲ ਸਲੀਵਸ ਵਰਕ ਵਾਲਾ। ਨਾਲ ਆਏਗੀ ਕਲੀਆਂ, ਇੱਥੇ ਯੋਕ ਤੋਂ ਸ਼ੁਰੂ ਹੋਣਗੇ ਜੀ, ਸਾਈਡ 'ਤੇ ਜਾਲ ਬਣੇ ਆ, ਕਲੀਆਂ ਦੇ ਵਿੱਚ ਵੀ ਸਾਰਾ ਜਾਲ ਹੈ ਜੀ ਆਲ ਓਵਰ, ਬੋਕਸ ਪਲੀਟਸ ਟਾਈਪ ਕਲੀਆਂ ਬਣੀਆਂ ਜੀ, ਫੁੱਲ ਲੈਂਥ ਪਿਓਰ ਜੋਰਜਟ ਦੀ ਡਰੈਸ ਹੈ ਜੀ, ਸਿੰਗਲ ਇਹ ਇਹਦਾ ਬਾਰਡਰ ਆਏਗਾ ਨੀਚੇ। ਮਤਲਬ ਕਲਰ ਮੈਚਿੰਗ ਤੋਂ ਪਤਾ ਲੱਗਦਾ ਜੀ ਕਿ ਪੀਸ ਬਣਿਆ ਹੋਇਆ ਔਰ ਡਰੈਸ ਪਾਈ ਹੋਈ ਹੈ। ਆਏਗੀ ਇਹਦੀ ਬੈਕ, ਸਾਰਾ ਸਟਿਚਿੰਗ ਆਰਟ ਹੈ ਬੈਕ 'ਤੇ ਵੀ, ਸੇਮ ਵਰਕ ਹੋਇਆ ਬੈਕ 'ਤੇ, ਇਸ ਤਰ੍ਹਾਂ ਡੋਰੀ ਦੇ ਵਿੱਚ ਨਾ ਸਾਰੀ ਬੈਕ ਬਣੀ ਹੋਈ ਹੈ। ਅਗਰ ਕਵਰ ਕਰਨੀ ਹੈ ਕਵਰ ਵੀ ਕਰ ਸਕਦੇ ਹੋ, ਤੁਹਾਡੀ ਲਾਈਕਿੰਗ ਹੈਗੀ ਹੈ, ਔਰ ਲੈਂਥ ਦੀ ਕੋਈ ਦਿੱਕਤ ਨਹੀਂ ਹੈ, ਜਿੰਨੀ ਮਰਜ਼ੀ ਕਰੋ, ਸਾਈਜ਼ ਦੀ ਵੀ ਕੋਈ ਦਿੱਕਤ ਨਹੀਂ ਹੈ, 36 ਤੋਂ ਲੈ ਕੇ 42 ਤੱਕ ਸਾਈਜ਼ ਆਪਣੇ ਕੋਲ ਹੈਗੇ ਨੇ। ਸ਼ੋਪ 'ਤੇ ਵਿਜ਼ਿਟ ਕਰੋਗੇ ਹੋਰ ਵਰਾਇਟੀ ਤੁਹਾਨੂੰ ਬਹੁਤ ਅੱਛੀ ਮਿਲੇਗੀ, ਠੀਕ ਹੈ ਨਾ ਜੀ। ਆਹ ਲਓ ਆਹ ਲੁੱਕ ਹੈਗੀ ਜੀ ਪੂਰੀ ਫੁੱਲ ਲੈਂਥ ਡਰੈਸ ਦੀ, ਕਲਰ ਆਏਗਾ ਗ੍ਰੇਸ਼ ਬਲੂ, ਔਰ ਦੁਪੱਟਾ ਆਏਗਾ ਨੈੱਟ ਦਾ ਇਹਦਾ ਰਫਲ ਵਾਲਾ, ਫੁੱਲ ਸਲੀਵਸ ਨੇ, ਫੁੱਲ ਲੈਂਥ ਡਰੈਸ ਹੈਗੀ ਜੀ ਡਮੀ ਸਟਾਈਲ ਦੀ, ਹਰ ਸਾਈਜ਼ ਨੂੰ ਕਵਰ ਕਰੇਗੀ। ਆਹ ਲਓ ਆਏਗਾ ਇਹਦਾ ਦੁਪੱਟਾ, ਕਰੋਸ ਜਾਲ ਬਣਿਆ, ਆਹ ਲਓ ਸੀਕੁਐਂਸ ਦਾ ਜਾਲ ਹੈ ਵਿਦ 4 ਸਾਈਡ ਬਾਰਡਰ ਆਏਗਾ, ਬਿਊਟੀਫੁੱਲ ਇੰਗਲਿਸ਼ ਕਲਰ ਹੈ ਜੀ। ਆਈਟਮ ਨੰਬਰ ਹੈਗੀ ਅੱਜ ਦੀ 14 ਅਤੇ ਰੇਟ ਆਏਗਾ ਜੀ 19,580, 19,580, ਆਈਟਮ ਨੰਬਰ ਹੈਗੀ ਹੈ ਜੀ 14। ਸੁਪਰ ਹੈ ਯਾਰ, ਇਹਦਾ ਕਲਰ ਬੜਾ ਘੈਂਟ ਹੈ। ਲਓ ਜੀ 2 ਪੀਸ ਲਹਿੰਗਾ ਚੋਲੀ ਪਰਪਲ ਕਲਰ ਦੇ ਵਿੱਚ, ਇਹ ਵੀ ਡਿਜ਼ਾਈਨ ਸਾਡਾ ਹਿੱਟ ਜਾ ਰਿਹਾ ਹੈ, ਕਿਉਂਕਿ ਪਤਾ ਕੀ ਹੈ, ਵਰਥ ਵੀ ਹੈ ਔਰ ਲੁੱਕ ਵੀ ਹੈ, ਪਾਇਆ ਵੀ ਸੋਹਣਾ ਲੱਗਦਾ, ਔਰ ਪੈਸਾ ਵਸੂਲ ਆਈਟਮ ਹੈਗੀ ਹੈ ਜਿੱਦੋਂ ਕਿ ਕਹਿ ਸਕਦੇ ਨਾ ਆਪਾਂ। ਆਹ ਸੀਕੁਐਂਸ ਵਰਕ ਦਾ ਇਹਦਾ ਬਲਾਊਜ਼ ਬਣਿਆ, ਬਾਜ਼ੂ ਨਾਲ ਸੇਮ ਫੈਬਰਿਕ ਦੇ ਸੇਮ ਵਰਕ ਵਾਲੇ ਬਾਜ਼ੂ ਹੁੰਦੇ ਨੇ, ਜਿੰਨੇ ਕਹੋਗੇ ਲੱਗ ਜਾਣਗੇ। ਇਸ ਤਰ੍ਹਾਂ 2 ਪੀਸ ਹੈ, ਆਏਗੀ ਇਹਦੀ ਬੈਲਟ ਸੇਮ ਵਰਕ ਵਾਲੀ, ਔਰ ਬੋਕਸ ਪਲੇਟ ਦੇ ਵਿੱਚ ਲਹਿੰਗਾ ਸਿਲਿਆ ਪਿਓਰ ਜੋਰਜਟ ਦਾ। ਆਹ ਲਹਿੰਗੇ ਦੇ ਵਿੱਚ ਵੀ ਸਾਰਾ ਕੰਮ ਹੈ ਜੀ, ਵਰਕ ਹੈ ਟੋਟਲ ਜ਼ਰੀ ਔਰ ਥਰੈਡ ਦਾ, ਨੀਚੇ ਇਸ ਤਰ੍ਹਾਂ ਸਕੈਲਪਿੰਗ ਮਿਲੇਗਾ ਤੁਹਾਨੂੰ, ਕਲਰ ਆਏਗਾ ਡਾਰਕ ਪਰਪਲ, ਫੁੱਲ ਫਲੇਟ ਦਾ ਲਹਿੰਗਾ ਨਾਲ ਬਲਾਊਜ਼ ਆਏਗਾ ਇਹਦੇ। ਆਹ ਦੇਖੋ ਆ ਗਈ ਇਹਦੀ ਬੈਕ, ਮਤਲਬ ਪਿਕਚਰ 'ਚ ਇੰਨਾ ਬਿਊਟੀਫੁੱਲ ਲੱਗ ਰਿਹਾ, ਅਤੇ ਕਲਰ ਦਾ ਨਾ ਟ੍ਰੈਂਡ ਹੈ ਅੱਜ ਕੱਲ੍ਹ, ਬਹੁਤ ਟ੍ਰੈਂਡ ਹੈ ਇਸ ਕਲਰ ਦਾ ਪਰਪਲ ਦਾ। ਨਾਲ ਦੁਪੱਟਾ ਵੀ ਦੇਵਾਂਗੇ ਤੁਹਾਨੂੰ, ਲਾਈਟ ਵੇਟ ਨੈੱਟ ਦਾ ਦੁਪੱਟਾ ਆਏਗਾ, 2 ਟੋਨ ਦੇ ਵਿੱਚ, ਲਾਈਟ ਇਨ ਟੂ ਡਾਰਕ, ਐਲੀਗੈਂਟ ਦੁਪੱਟਾ ਹੈ ਜੀ। 2 ਪੀਸ ਲਹਿੰਗਾ ਚੋਲੀ ਹੈ ਜੀ, ਇਹ ਪਾਰਟੀ ਵੇਅਰ ਲੁੱਕ ਦਾ, ਕਲਰ ਆਏਗਾ ਪਰਪਲ, ਫੈਬਰਿਕ ਆਏਗਾ ਪਿਓਰ ਜੋਰਜਟ। ਕਰੋ ਜੀ ਆਈਟਮ ਨੰਬਰ ਆ ਗਏ, ਔਰ ਰੇਟ ਵੀ ਨਹੀਂ ਹੈ, ਵੇਟ ਵੀ ਨਹੀਂ ਹੈ ਜੀ। ਆਹ ਲਓ
रेट देख लो रेडी टू वेयर 10,320 आइटम नंबर 15 10,320 आइटम नंबर 15 है जी आज दी। नेक्स्ट आर्टिकल भी लहंगा चोली है पर कलर देखो सुपर मेहंदी कलर क्या बात है जी। ऑल्टर नेक ब्लाउज है डिजाइनर दा स्टिचिंग आर्ट है काम सारा मिलेगा तुहानू हैंड दा फैब्रिक जिहड़ा हैगा जी ए जॉर्जेट दे उपर बने है। इस तरह देखो पहले ब्लाउज देखो जीरो नेक है फ्रंट तो ऑल्टर नेक आएगा फुल बॉडी दा वर्क है इहदे ब्लाउज दी पूरा हैंड वर्क आएगा नाल लहंगा आएगा गोटा लाइनां दे विच गोटा पत्ते मिरर सीक्वेंस सब बने है कलियां वाला कंसैप्ट है जी। फुल फ्लेयर दा लहंगा है ब्यूटीफुल यूनिक कलर सब सेलिब्रिटी स्टाइल डिजाइनर और कैटलुक दे जिन्ने भी डिजाइन आंदे ने सब उन्होंने सिमिलरिटी होंगी है पीसा आएगी दी बैक बैकलैस है बैक से सिर्फ इस तरह ना बॉर्डर आएगा हल्का जहा जे कवर कराना कवर भी कर सकते हो तुहाडी लाइकिंग हैगी बैक भी कवर हो जाएगी सिम नॉर्मल चोली भी बन सकती है आएगी दी बैक। फुल फ्लेयर का लहंगा जी ऑल्टर नैक ब्लाउज के नाल मिलेगा दुपट्टा कलर तो सोहना है ही है डिजाइन भी बहुत सोहना नाल लाइट वेट दुपट्टा आएगा नैट का सिर्फ बरीक जहा ना बॉर्डर है हल्के हल्के सितारे लगे दुपट्टे के मतलब गर्लिश आइटम है पार्टी वेयर लुक मेहंदी फंक्शन जागो एनी फंक्शन ते वेयरबल है जिथे मर्जी पा लो कभी डंप नहीं होना। आलो जी आलू काने पूरे पीस दे ए है जी आइटम नंबर आज दी है जी 16 टू पीस लहंगा चोली है जी सिंगल कहूँगा सिंगल भी कन्वर्ट कर देंगे तो आइटम नंबर हैगी है 16 तो रेट आएगा 21,360 21,360 आइटम नंबर हैगी 16। लो जी हुण दिखाने गर्लिश लहंगा चोली प्रिंटेड लुक दे विच कदी कहिंदे ना कस्टमर आके मंगदा साडे कोलों भाई प्रिंटेड लहंगा देखो ज़्यादा काम नहीं चाहिए सिर्फ थोड़ा जिहा चोली ते काम होवे लहंगा प्रिंटेड होवे प्लेन होवे ए ओ कंसैप्ट ने जी ठीक है ना जिदा जिदा कस्टमर अपना चॉइस करता उदों दा साडी भी कोशिश होंदी है कि वरायटी इकट्ठे करके लियाईए उदां दे कंसैप्ट ही तुहानू दिखाईए जो डिमांड आउंदी है ठीक है ना। इस तरह ब्लाउज बने स्टैप लुक दा बाजू इहदे नाल लग जाणगे कलर आएगा ब्लैक पर मल्टी प्रिंट इहदे विच है प्योर जॉर्जेट फैब्रिक है ब्लाउज ते तुहानू सारा हैंडवर्क मिलेगा जिहड़ा लहंगा है प्रिंटेड आएगा इस तरह बैल्ट बनी है ते सारा ऑल ओवर प्रिंटेड दे विच लहंगा सिंपल प्लेन ए लाइट वेट लहंगा चोली है मतलब टीनएजर भी पा सकती है तो कोई भी वेयर कर सकता कोई दिक्कत नहीं हैगी क्योंकि प्रिंटेड एवरग्रीन है नाले डंप भी नहीं होता और वेयर भी हो जाता जिथे मर्जी पा लो इनू कट के ब्लैक के उपर ना थोड़ा पिंक ब्लू स्काई ब्लू इदा के कलर कॉम्बीनेशन प्रिंटिंग हैगी है प्योर जॉर्जेट फैब्रिक है टू पीस लहंगा चोली का नाल दुपट्टा भी देंगे ये आलो आएगा दुपट्टा प्रिंटेड बॉर्डर है सेम दुपट्टे से नैट से तो हल्के हल्के सीकुएंस टचिंग मिलेगी नाल दुपट्टे दे ऑल ओवर बूटी आलो आलो कहानी है जी पीस दी सत्य पोस्ट स्टाइल करो आइटम नंबर कोई गल नहीं। लो जी रेट देख लो मैं लगा सूट का रेट नहीं है लहंगा चोली मिल रहा तुम्हें आइटम नंबर 17 तो रेट देख लो 6940 6940 ओनली जी सूट का रेट नहीं है इतना लहंगा मिल रहा तुम्हें। नैक्सट आर्टिकल भी जोड़ा है वह भी टू पीस लहंगा चोली है वह भी प्रिंटेड के बच्चे पर यह खासियत है ना प्रिंट की फैब्रिक की प्योर जॉर्जेट है कम यदा जोड़ा है चोली से ना बहुत सोहना हो आ देखो चोली दिखाना तुहानू मल्टी कलर वर्क है पर लगे ने कटदाना सी लिया दबका सी लिया इस तरह स्टैप से वर्क आएगा स्लीवस लवाने स्लीवस भी लग जाएंगे पूरी चोली है आ कट मिलेगा फ्रंट तो ना वी कट है चोली का शॉर्ट ब्लाउज वाली चोली है पूरी हैंडवर्क की नाल प्योर जॉर्जेट का डिजिटल प्रिंटिंग का लहंगा चोली है सारी ऑल ओवर प्रिंटिंग आएगी जी डिफरेंट हैगी जी प्रिंटिंग लुक आएगी हैंड प्रिंट की पर है डिजिटल प्रिंटिंग है ब्यूटीफुल प्योर जॉर्जेट का लहंगा आएगी दी बैक बैक भी सेम बनी है नाल आएगा दुपट्टा नैट का अल्टीमेट आर्टिकल है कलर बड़ा प्यारा है जी काम भी बहुत सोहना एक बार फिर तो ब्लाउज दिखाना। सत श्रीकाल अमन जी सत श्रीकाल पवनदीप जी सत श्रीकाल नेहा जी सत श्रीकाल अवनीत जी सत श्रीकाल अमीत जी आलो जी सारा नू प्यार भरी सत श्रीकाल जिन्हें भी देख रहे हैं वीडियो नू वध तों वध शेयर करो लाइक करो आएगी जी पूरे लुक प्रिंटेड लहंगा चोली की प्योर जॉर्जेट का करो बेटा आइटम नंबर आ गए लो आलो कहानी जी पीस दी फुल दी ए हैगी जी आइटम नंबर 18 टू पीस लहंगा चोली है प्रिंटेड गर्लिश तो रेट आएगा 19,580 19,580 आइटम नंबर 18 है जी। नैक्सट भी लहंगा चोली है जो दो आर्टिकल है ना वो लहंगा चोली के क्योंकि डिमांड बहुत है लहंगा चोली है तो अनारकली या शरारा सूट हो जाए आलो ये आएगा जी वाइन कलर के भी प्योर जॉर्जेट का लहंगा चोली है पहले लास्ट मेरे ख्याल पहले वीडियो असं ओरेंज पाया सी नाल ही सेल हो गया सी पर्पल भी आया वह भी सेल हो गया हूँ वाइन आया ये की है जरी का काम है प्योर जॉर्जेट की चोली है जरी और सिकवन के इस तरह स्क्वेयर नैक बनया
बेल्ट ते वर्क है, थोड़ा जहा हल्का शेप है कि यू कट देगा नाल आएगा इस तरह लहंगा एदा। इहदी भी बेल्ट प्लेन है जी, पर कलियां दे नहीं ना, बॉक्स प्लेट्स है इहदे च कलियां दे विच ना, मतलब फ्लेयर भी ठीक है, सोना फ्लेयर है, पर काम बहुत सोहना जरी दा। कलर आएगा वाइन, फैब्रिक आएगा प्योर जॉर्जेट, टू पीस लहंगा चोली, इनू अनारकली च कन्वर्ट कर लो चाहे जिदा मर्जी पा लो, बाजू भी फुल लगनगे। आएगी इहदी बैक, ब्यूटीफुल बैक बनी है जी, इदा ही पूरी बैक ते भी सेम वर्क है, बैक ते हुक आणगे, बैक तो ओपन आएगा नाल दुपट्टा देंगे नैट का, एलीगेंट जिहा दुपट्टा है क्योंकि ओवर शाइनिंग नहीं है, मैट फिनिश लुक का पीस है, ठीक है ना, जो मर्जी कट के पा लो, ना वेट ना रेट, लुक हैवी और बजट के विच है। आएगा दुपट्टा नैट का टू टोन का, लाइट इन टू डार्क। आ गया जी टू पीस लहंगा चोली वाइट कलर का प्योर जॉर्जेट के। आइटम नंबर है जी अज की सैकेंड लास्ट, मतलब 19 नंबर, तो रेट देख लो 12,100, 12,100 ओनली। लो जी हुण साडी लास्ट आइटम है जी, जैकपॉट वाली है, आ देखो डार्क परपल कलर का ना, पहले स्टिचिंग आर्ट दिखाना तुहानू चोली का, इस तरह साइड तो कट शो होणगे। फुल स्लीव चोली है जी, हैंड वर्क वाली, कलर आएगा परपल, फैब्रिक आएगा जॉर्जेट, सारा हैंड वर्क है, पार्लर सिकवन दे विच। इस तरह वी नैक आएगा फ्रंट का ना, आ देखो आ वी नैक आ गया फ्रंट तो, चोली दे स्लीव्स फुल बाजू ने, नाले बीट्स मिलणगे नीचे बाजू थले, साइड तो इस तरह शो होएगा नीचे, इस तरह टमी दे ना हैंगिंग आणगे सारी, हैंगिंग वाली ना सारे हाथ नाल बनाए लग गया, सारा नीड वर्क है, साइड तो इस तरह थोड़ा कट है, अगर आप कवर कराना कवर भी हो जाएगा, डमी दे तां पाएगा तो लुक पता चल जाएगी की आंदी है जी लहंगा चोली की, प्रोपर पार्टी वेयर है। कलर बहुत सोहना है, डार्क परपल फालसा कलर है, तो आएगा यदा लहंगा, लहंगा दिखाना मैं तुम्हें बॉक्स प्लेट के, मतलब सारा चुंटा वाला है, यदि बैल्ट आएगी कुंदन वर्क की, कुंदन तो जरकन का काम है बैल्ट से, और सारा जाल बने जी सीकुएंस है ना, ऑल ओवर जाल है लहंगे से, प्योर जॉर्जेट लहंगा है, अल्टीमेट आर्टिकल है जी, लुक हैवी है पर वेट नहीं है, बॉर्डर भी बहुत सोहना है सीकुएंस का, नीचे फिनिशिंग भी आएगी यदि बॉर्डर की, लुक हैवी है पर वेट नहीं है। लो जी नाल दुपट्टे की खासियत देखो, कंट्रास्ट दुपट्टा पीच कलर का, परपल देना ना पीच का कॉम्बीनेशन है, सारा सीकुएंस जाल का दुपट्टा है, ऑल ओवर जाल बने सीकुएंस का, इस तरह ही ना पंखड़ी वाली लेस आएगी, परल वाली एंटीक लुक की लेस हैगी, ब्यूटीफुल आर्टिकल है जी। आ देखो फुल पिक्चर देखो, स्क्रीनशॉट ले लो नाल नाल, जे अच्छा लगे तो आप बाय भी कर सकते हैं। लो जी ये अज्ज दी साडी लास्ट आइटम है, टू पीस लहंगा चोली फालसा कलर दे विच, नाल दुपट्टा आएगा प्योर चनौन का, कंट्रास्ट दुपट्टा जी पीच कलर का। करो जी आइटम नंबर है, यह है जी आइटम नंबर लहंगा चोली की, आइटम नंबर है 20, तो रेट आएगा 22,700, 22,700 ओनली जी, तो आइटम नंबर है अज्ज दी लास्ट 20 नंबर आइटम है। लो जी अज्ज दे लई इन्ना ही, ठीक है ना, आई होप सब अच्छे लगते साडे आर्टिकल, तो सानू मतलब फीडबैक भी सोहनी मिलती है, वधिया मिलती है, तो जिहड़ा भी तुहानू इहदे विचों अच्छा लगे स्क्रीनशॉट तुसीं लै लिआउणा, आ साडे इक वारी ना जान लगे वट्सएप नंबर नोट कर लो, ये साडे वट्सएप नंबर जिहड़े फेसबुक ते पाए ने, तो जिहड़ा भी तुहानू इहदे विचों अच्छा लगे आर्टिकल कॉल करके मैसेज करके जे स्क्रीनशॉट शेयर करके ना अपना आर्टिकल बुक करवा सकते आप, ठीक है जी, एक वारी दुबारा देख लो। लो तो अज्ज दे लई इन्ना ही, कल फिर लाइव आवांगे नवें आर्टिकल ते नवीं एड्रैसां लैके जी, तब दे लिए सब नूं प्यार भरी सत श्री अकाल, ओके बाय जी, टेक केयर।